हेलो एवरीवन, की हाल चाल, सब ठीक ठाक होंगे जी। तुसी देख रहे हैं गुरकीरत प्रताप सिंह ऑफिशियल चैनल, मैं तुहाडा गुरकीरत प्रताप सिंह। अज साडे वीर होनी पहुंचे ने जी। प्रणव जी, की हाल चाल है? बहुत वधिया गुरकीरत, तू सुना किवें है? ਇਹ ਭਾਜੀ ਅਸੀਂ ਦਿੱਲੀ ਤੋਂ ਆਏ ਆ, ਤੇ ਆਪਾਂ ਕੱਲ ਦੀ ਵਾਪਸੀ ਕਿੱਦਾਂ ਫਿਰ ਨਾਲ ਜੀ? ਹਾਂ, ਕੱਲ ਮੇਰੀ ਵਾਪਸੀ ਹੈ ਜੀ। ਕੱਲ ਮੈਂ 1 ਵਜੇ ਅੰਬ ਤੋਂ ਟ੍ਰੇਨ ਬੁੱਕ ਕਰਾਈ ਹੋਈ ਹੈ ਵੰਦੇ ਭਾਰਤ। ਤੇ ਭਰਾ ਨੂੰ ਆਪਾਂ ਛੱਡਣ ਜਾਵਾਂਗੇ, ਆ ਵੀ ਵੀਰ ਸਾਡਾ ਨਾਲ ਹੋਊਗਾ ਜੀ, ਤੇ ਤੁਹਾਨੂੰ ਉੱਥੇ ਵੀ ਦਿਖਾਵਾਂਗੇ ਜ਼ਰੂਰ ਪਹੁੰਚ ਕੇ। ਮਾਤਾ ਚਿੰਤਪੁਰਨੀ ਜੀ ਦਾ ਗੇਟ ਲੱਗਾ ਹੋਇਆ ਜੀ, ਆਪਾਂ ਹੁਸ਼ਿਆਰਪੁਰ ਐਂਟਰ ਕਰਨ ਲੱਗੇ ਆ, ਤੇ ਆ ਜਾਓ ਤੁਹਾਨੂੰ ਦਿਖਾਈਏ ਰੌਣਕ ਮੇਲਾ ਕੀ ਵਧੀਆ ਤੋਂ ਵਧੀਆ। ਲਓ ਜੀ, ਦੇਖ ਸਕਦੇ ਸਬਜ਼ੀ ਮੰਡੀ ਹੁਸ਼ਿਆਰਪੁਰ ਦੀ, ਪੂਰਾ ਟ੍ਰੈਫਿਕ ਜਾਮ ਹੋਇਆ ਪਿਆ। ਤੇ ਛੋਟੀਆਂ ਛੋਟੀਆਂ ਕਲਿਪਸ ਤੁਹਾਨੂੰ ਨਾਲ ਦੀ ਨਾਲ ਮਿਲਦੀਆਂ ਰਹਿਣਗੀਆਂ ਵੀਡੀਓ ਦੇ ਵਿੱਚ, ਤੇ ਤੁਹਾਨੂੰ ਪੂਰਾ ਹੁਸ਼ਿਆਰਪੁਰ ਦਾ ਅੱਜ ਟੂਰ ਕਰਾ ਰਹੇ ਹਾਂ। ਕਿਆ ਬਾਤ ਹੈ ਜੀ ਫਰੈਂਡਸ, ਤੁਸੀਂ ਦੇਖ ਸਕਦੇ ਹਾਂ ਝੂਲੇ ਲੱਗੇ ਹੋਏ ਬੱਚਿਆਂ ਨੇ, ਪੂਰਾ ਰੌਣਕ ਮੇਲਾ ਗਰਾਊਂਡ ਬਣੀ ਹੋਈ ਆ। ਤੇ ਇਹ ਕੀ ਕਹਿੰਦੇ, ਮੇਲਾ ਗਰਾਊਂਡ ਕੀ ਕਹਿੰਦੇ ਹੁੰਦੇ? ਮੇਲਾ ਗਰਾਊਂਡ ਹੈਗਾ, ਦੁਸਹਿਰਾ ਗਰਾਊਂਡ ਹੈਗੀ ਜੀ। ਐਚਪੀ ਦਾ ਇੱਧਰ ਪੈਟਰੋਲ ਪੰਪ, ਇੱਧਰ ਹਨੂੰਮਾਨ ਜੀ ਦੀ ਮੂਰਤੀ, ਬਹੁਤ ਸੋਹਣਾ ਵਧੀਆ ਬਣਿਆ ਹੋਇਆ ਜੀ। ਲਓ ਜੀ, ਬਤਰਾ ਹੋਟਲ ਆ ਗਿਆ ਆ। ਠੀਕ ਹੈ ਜੀ, ਲਓ ਜੀ ਦਾਵਤ ਰੈਸਟੋਰੈਂਟ ਆਇਓ, ਤੁਹਾਨੂੰ ਈਕੋ ਪਾਰਕ ਦਾ ਗੇਟ ਦਿਖਾਉਂਦੇ। ਈਕੋ ਪਾਰਕ ਦਾ ਗੇਟ ਬੜਾ ਵਧੀਆ, ਗੇਟ ਬਹੁਤ ਵਧੀਆ ਬਣਾਇਆ, ਸਪੈਸ਼ਲੀ ਗੇਟ ਦੀ ਤਾਂ ਤਾਰੀਫ ਕਰਨੀ ਪੈਂਦੀ ਆ। ਇਹ ਇਹਨਾਂ ਨੇ ਸਪੈਸ਼ਲੀ ਬਾਹਰੋਂ ਸੱਦੇ ਸੀ। ਲਓ ਜੀ ਈਕੋ ਪਾਰਕ ਦਾ ਗੇਟ ਦੇਖੋ ਜੀ। ਲਓ ਜੀ, ਹੁਣ ਆਪਾਂ ਜਾ ਰਹੇ ਹਾਂ ਜੀ ਸ਼ਿਮਲਾ ਪਹਾੜੀ ਵੱਲ ਨੂੰ। ਲਓ ਜੀ ਫਰੈਂਡਸ, ਬਹਾਦਰਪੁਰ ਚੌਂਕ ਆਪਾਂ ਪਹੁੰਚ ਚੁੱਕੇ ਹਾਂ ਜੀ। ਕੇਕ ਡੇਟ, ਬੋਸਟਨ ਗ੍ਰਿਲ, ਤੇ ਇੱਧਰ ਅੰਬਾਲਾ ਚਾਟ ਮਸ਼ੀਨ ਨੇ ਹਲੇ ਤੱਕ ਵੀ ਰੱਖਣੀਆਂ ਲਾਈਆਂ ਹੋਈਆਂ। ਸ਼ਾਮ ਦਾ ਦਿਨ ਹੋ ਗਿਆ ਭਾਜੀ, ਕੱਲ ਮਾਰਨਿੰਗ ਤੱਕ। ਓਕੇ, ਕੱਲ ਦਾ ਓਕੇ, ਮਾਰਨਿੰਗ 7 o'clock 7 ਵਜੇ ਤੱਕ ਹੈ ਕੱਲ। ਠੀਕ ਹੈ ਜੀ। ਆਲ ਫੈਸ਼ਨ ਸੈਂਟਰ ਇੱਥੇ ਵੀ ਰੱਖਣੀਆਂ ਵਧੀਆ ਵਧੀਆ ਮਿਲ ਜਾਣੀਆਂ ਜੀ ਤੁਹਾਨੂੰ। ਕਿਆ ਹੀ ਬਾਤ ਹੈ, ਜੋ ਮਰਜ਼ੀ ਆ ਮਾਲ ਰੋਡ ਇੱਕ ਹੋ ਗਈ ਆਪਣੀ, ਵਧੀਆ ਹੋ ਗਈ ਗੇੜੀ ਵਗੈਰਾ ਨੂੰ ਨਾ ਹੁਸ਼ਿਆਰਪੁਰ 'ਚ, ਤੁਹਾਨੂੰ ਹਰੇਕ ਤਰ੍ਹਾਂ ਦਾ ਸਟੋਰ ਇੱਥੇ ਮਿਲ ਜੂਗਾ ਜੀ। ਦੇਖ ਸਕਦੇ ਹਾਂ ਟਾਈਟੇਨੀਅਮ, ਨਾਈਸ ਕੰਪਿਊਟਰ, ਓਕਟੇਵ, ਲਵਾਈਸ, ਮੈਟਰੋ ਸਾਰੇ ਹੈਗੇ ਜੀ। ਸ਼੍ਰੀ ਵੀ ਹੈਗਾ ਭਾਈ, ਤੁਹਾਡੀ ਕੁੜਤਾ ਲਈਏ। ਡਾਊਨ ਟਾਊਨ ਇਹਨਾਂ ਨੇ ਪਿੱਛੇ ਕਿੱਦਾਂ ਓਪਨ ਰੱਖ ਲਈ ਹੈ ਸੈਟਿੰਗ, ਹਾਂਜੀ ਓਪਨ ਦੇ ਵਿੱਚ ਵੀ ਬਣਾਈ ਹੋਈ ਜੀ। ਡਾਊਨ ਟਾਊਨ ਠੇਕਾ ਵੀ ਆ। ਲਓ ਜੀ ਫਰੈਂਡਸ, ਮੇਅਰ ਹਾਊਸ ਦੇ ਬਾਹਰ ਪਹੁੰਚ ਚੁੱਕੇ ਹਾਂ, ਸ਼ਿਮਲਾ ਪਹਾੜੀ ਆ ਗਈ ਆ। ਤੇ ਅੱਗੇ ਸ਼ਿਮਲਾ ਪਹਾੜੀ ਚੌਂਕ 'ਚ ਪੂਰਾ ਟ੍ਰੈਫਿਕ ਜਾਮ ਹੋਇਆ ਪਿਆ ਜੀ ਅੱਜ ਪੂਰਾ, ਅੱਜ ਸਾਰੇ ਮੈਨੂੰ ਲੱਗਦਾ ਬਾਹਰ ਨਿਕਲੇ ਹੋਏ ਆ। ਤਾਂ ਕਹਿੰਦਾ ਮੈਂ ਆਪ ਹੀ ਭਾਜੀ ਜਾਈਓ ਯਾਰ, ਸਿਟੀ ਲੈ ਕੇ ਮਾੜਾ ਜਿਹਾ ਕਲੀਅਰ ਕਰਾ ਕੇ ਆਓ ਰਸਤਾ। ਅੱਛਾ ਜੀ, ਹਾਂਜੀ ਸਹੀ ਹੈਗੇ ਆ, ਕਿਉਂ ਨਹੀਂ ਹੈਗੇ ਜੀ, ਵਾਲੇ ਵੀ ਬੋਲੇ ਜੀ। ਆ ਨਹੀਂ ਉਹ ਕਿਹੜਾ ਭਾਈ, ਇਹ ਤੇ ਟ੍ਰੈਸ ਦਿਓ, ਉਹ ਆ ਕੀ 75% ਵਾਧਾ ਭਾਜੀ, ਤੁਸੀਂ ਤਾਂ ਸੇ ਹੁਣ ਹੀ ਪਹੁੰਚ ਜਾਣਾ, ਬੰਦ ਹੋ ਗਿਆ ਸਵੇਰੇ ਜਾਈਓ। ਕਿੱਥੇ ਜਾਣਾ? 75% ਵਾਧੇ ਵਾਲੇ, ਮੈਨੂੰ ਵੀ ਪਤਾ ਕੀ ਆ, ਮੈਂ ਬੋਰਡ ਵੀ ਨਹੀਂ ਪੂਰਾ ਪੜਿਆ ਯਾਰ। ਲਓ ਜੀ ਕਿੰਗ ਮਲਾਈ ਚਾਂਪ, ਮਲਾਈ ਚਾਂਪ ਵੇ, ਮਲਾਈ ਚਾਂਪ ਵੀ ਮਸ਼ਹੂਰ ਆ ਯਾਰ, ਜ਼ਿਆਦਾਤਰ ਤਾਂ ਮਲਾਈ ਚਾਂਪ ਹੀ ਚੱਲਦੀ ਆ। ਤੇਰੀ ਫੇਵਰੇਟ ਉਹੀ ਆ? ਸਾਰਿਆਂ ਦੀ ਯਾਰ ਫੇਵਰੇਟ ਉਹੀ ਆ। ਨਹੀਂ ਨਹੀਂ ਤੇਰੀ ਜ਼ਿਆਦਾ। ਲਓ ਜੀ ਅਮੂਲ ਸ਼ਿਮਲਾ ਪਹਾੜੀ ਚੌਂਕ ਆਪਣਾ ਲੈ ਲਓ ਵੀਰੇ, ਸੈਲਫੀ ਲੈ ਲਓ ਕਿੰਨਾ ਉਤਰ ਕੇ, ਕਿਆ ਬਾਤ ਹੈ। ਇੱਧਰ ਜੀ ਫ੍ਰੈਂਚ ਵੇਕਰਸ ਨੂੰ ਰਸ਼ ਚੈੱਕ ਕਰੋ, ਫ੍ਰੈਂਚ ਵੇਕਰਸ ਦੇ ਸਾਲਿਕਸ ਬੇਕਰੀ ਦੇ ਬਾਰੇ ਪੂਰਾ ਰਸ਼ ਹੈ ਨਾ। ਹਾਂਜੀ ਭਾਜੀ, ਉਹ ਵੱਡਾ ਵੱਡਾ ਫੈਸਟੀਵਲ ਆ ਫਿਰ। ਨੀਤੀ ਭਾਜੀ, ਯਾਰ ਤੁਸੀਂ ਰੈਂਟ ਤੇ ਵੀ ਕੰਮ ਕਰਦੇ ਗੱਡੀਆਂ ਦਾ? ਨਹੀਂ ਲੋੜ ਨਹੀਂ, ਸੁਪਨਾ ਆਪਣੀਆਂ ਹੈ ਜੀ। ਨਹੀਂ ਨਹੀਂ ਭਾਈ ਨੇ ਲਗਜ਼ਰੀ ਗੱਡੀਆਂ ਵੀ ਰੱਖੀਆਂ ਜੀ, ਇਹ ਭਾਜੀ ਰੈਂਟ ਤੇ ਕੰਮ ਕਰਦੇ ਆ। ਨਹੀਂ ਭਾਜੀ ਆਪਾਂ ਕੋਈ ਨਹੀਂ ਰੱਖੀਆਂ। ਨਹੀਂ ਰੱਖੀਆਂ, ਇਹ ਝੂਠ ਮਾਰਦੇ ਆ ਜੀ ਇਹ ਭਰਾਵਾ, ਡਾਏ ਸ਼ਰਮਾਂਦੇ ਬਹੁਤ ਵੀਡੀਓ 'ਚ ਹਰ ਇੱਕ ਚੀਜ਼ ਦੱਸਣ ਦਾ ਆਪਣਾ ਕੰਮ। ਲਓ ਜੀ ਫਰੈਂਡਸ, ਰਸ਼ ਪੂਰਾ ਆ, ਗਲ ਚੱਲੇ ਰੋਂਗ ਸਾਈਡ ਲੈ ਆਂਦੇ ਆ ਜੀ, ਕਿੱਦਾਂ ਨਿਕਲੂਗੀ ਗੱਡੀਆਂ? ਆ ਦੇਖੋ ਜੀ ਲਾਈਨ ਦੇ ਵਿੱਚ ਚਲੋ ਹੈਗੇ ਆ, ਫੇਰ ਵੀ ਆ ਦੇਖੋ ਦੇਖੋ ਕੀ ਕਹਿ ਸਕਦੇ ਯਾਰ। ਲਓ ਜੀ ਸੈਮਸੰਗ ਦਾ ਸ਼ੋਰੂਮ ਆ ਗਿਆ। ਮੰਦਿਰ ਦਾ ਕੀ ਨੇਮ ਹੈਗਾ ਆ? ਪੰਜਮੁਖੀ। ਪੰਜਮੁਖੀ, ਹਾਂਜੀ ਪੰਜਮੁਖੀ ਮੰਦਿਰ ਦੇ ਬਾਹਰ ਆ ਗਏ ਜੀ ਆਪਾਂ, ਡਿਨੋਵੋ ਨੀਓ ਫਿਟਨੈਸ ਜਿਮ। ਲਓ ਜੀ ਸ਼ਿਮਲਾ ਪਹਾੜੀ,
ਸਬਵੇ, ਪੀਜ਼ਾ ਹਟ ਯਾਰ ਸਾਰੇ ਆਲਮੋਸਟ ਸਟੋਰਸ ਆ ਚੁੱਕੇ ਆ ਹੁਸ਼ਿਆਰਪੁਰ ਚ। ਫਿਲਿਪਸ ਕਿਆ ਬਾਤ ਹੈ, ਚਾਹ ਸੁੱਟਾ ਵਾ, ਮੈਕਡੋਨਲਡਸ ਵੀ ਆ ਰਿਹਾ ਭਾਜੀ। ਯਾਰ ਆਪ ਭਾਜੀ ਹੁਣਾਂ ਨਾਲ ਸੰਪਰਕ ਕਰ ਸਕਦੇ ਆ ਮੈਕਡੋਨਲਡਸ ਦੀ। ਕਿਆ ਬਾਤ ਹੈ, ਬੈਲਜੀਅਮ ਵੇਫਰ ਉਹ ਜੀ, ਰਿਲਾਇੰਸ ਰਿਲਾਇੰਸ ਸਮਾਰਟ ਯਾਰ। ਕਰੰਚਰ ਕਿੱਦਾਂ ਟਰਾਈ ਕੀਤਾ ਕਿਸੇ ਨੇ? ਨਾ ਭਾਜੀ। ਫਰੈਂਡਸ ਆ ਗਿਆ ਹੁਣ ਤੁਹਾਨੂੰ ਫਰੂਟ ਸਟਰੀਟ ਲੈ ਕੇ ਜਾ ਰਹੇ ਹਾਂ ਆਪਾਂ। ਕਿਆ ਬਾਤ ਹੈ, ਨਿਊਲੀ ਡਿਵੈਲਪ ਹੋਈ ਆ ਜੀ, ਇੰਡੀਆ ਚ ਮੋਸਟ ਕਲੀਨੈਸਟ ਫੂਡ ਸਟਰੀਟ ਆ ਜੀ ਹੁਸ਼ਿਆਰਪੁਰ ਚ। ਲਓ ਜੀ ਤੁਹਾਨੂੰ ਇੱਥੋਂ ਲੈ ਕੇ ਚਾਈਨੀਜ਼ ਤੋਂ ਲੈ ਕੇ ਸਾਊਥ ਇੰਡੀਅਨ, ਮਤਲਬ ਆਪਣਾ ਨਾ ਜੰਮੂ ਤੋਂ ਲੈ ਕੇ ਥੱਲੇ ਸਾਊਥ ਆਪਣੇ ਸਾਊਥ ਤੱਕ ਜੋ ਜੋ ਆਈਟਮ ਮਿਲਦੀਆਂ ਸਾਰੀਆਂ ਮਿਲੂਗੀਆਂ ਜੀ ਇੱਥੇ। ਟੈਕੋਸ ਟਰਾਈ ਕਰਨੇ? ਟੈਕੋਸ ਟਰਾਈ ਕਰਦੇ ਆ, ਚਲੀਏ ਯਾਰ। ਲਾਓ ਸਾਈਡ ਤੇ ਪਾਰਕਿੰਗ ਚ ਫੇ ਇੱਕ ਤਰ੍ਹਾਂ ਦਾ ਗੇੜੀ ਰੂਟ ਆ ਜੀ ਹੁਸ਼ਿਆਰਪੁਰ ਦਾ। ਬਬਲਸ ਕਿਆ ਬਾਤ ਹੈ, ਨਿਊਲੀ ਓਪਨ ਹੋਇਆ ਜੀ ਟੈਕੋ। ਹਾਂਜੀ ਲਓ ਜੀ ਫਰੈਂਡਸ, ਤੁਸੀਂ ਦੇਖ ਸਕਦੇ ਫੂਡ ਸਟਰੀਟ। ਲਓ ਜੀ ਪੁਲਿਸ ਆ ਚੁੱਕੀ ਆ, ਚਲੀਏ ਯਾਰ। ਲਓ ਸਰ ਪੁਲਿਸ ਆ ਚੁੱਕੀ ਆ ਜੀ, ਟਰੈਕਟਰ ਲੈ ਗਏ ਆ ਚੱਕ ਕੇ। ਗੱਡੀਆਂ ਲੱਗ ਰਹੀ ਸੀ ਟਰੈਕਟਰ ਦੇ ਉੱਤੇ ਤੇ ਬੰਦੇ ਬਿਠਾਏ ਉਹਨਾਂ ਨੇ ਗੱਡੀ 'ਚ ਤੇ ਟਰੈਕਟਰ 'ਤੇ ਬੈਠੇ ਆ ਪੁਲਿਸ ਵਾਲੇ ਤੇ ਲੈ ਗਏ ਆ ਟਰੈਕਟਰ ਨੂੰ। ਯਾਰ ਦੂਜੇ ਟਰੈਕਟਰ ਚੱਕ ਲਿਆ ਨਾ ਫਿਰ ਤਾਂ ਇਹਨਾਂ ਨੇ, ਦੂਜਾ ਲੈ ਗਏ ਜੀ ਟਰੈਕਟਰ ਇੱਥੇ ਨਾ। ਟਰੈਕਟਰ ਗੱਡੀ ਨਾਲ ਆਏ ਕਰੋ ਯਾਰ ਦੋਸਤੋ, ਫੇਲ ਆਈ ਜਾਣਾ ਚੱਕ ਕੇ, ਤੀਜਾ ਫੇਲ ਆਈ ਜਾਣਾ ਜੀ ਕੋਈ ਹੋਰ ਆ ਗਿਆ ਤਾਂ। ਪਹਿਲੇ ਨਾ ਗੇੜੀ 2 ਲਾਣ ਦਿੰਦੇ ਬੰਦੇ ਨੂੰ, ਫਿਰ ਤੀਜੀ ਗੇੜੀ 'ਤੇ ਲੈ ਜਾਂਦੇ ਟਰੈਕਟਰ ਚੱਕ ਕੇ ਬੰਦੇ ਸਮੇਤ। ਬਣਾਉਂਦੇ ਕਿੱਦਾਂ, ਕਿੰਨੇ ਦਾ ਇਹ? 25 ਰੁਪਏ ਦੇਖਣਾ ਤੇ ਫਰੈਂਡਸ ਆ ਕੇ ਤੁਸੀਂ ਦੇਖ ਸਕਦੇ ਹੋ ਜੇ ਸਪਰਾਊਟ ਕਿਸੇ ਜਿਮ ਵਾਲੇ ਨੇ ਖਾਣੇ ਆ ਤੇ ਪਹੁੰਚੋ ਜੀ ਇਹਨਾਂ ਕੋਲ ਮਾਲ ਰੋਡ ਤੇ। ਇੱਥੇ ਪੱਕੇ ਖੜੇ ਹੁੰਦੇ ਆ, ਆਇਆ ਉਤਰੀ? 25 ਰੁਪਏ ਦੇ ਆ, ਕਰਨੇ ਟਰਾਈ? ਹੈ ਕੀ ਆ ਸਪਰਾਊਟਸ? ਹਾਂ ਤਾਂ ਲੈ ਲਓ। 3-4 ਜਗ੍ਹਾ ਜਾਤੇ ਹੈ ਜਿਮ ਮੇਂ। ਕਹਾਂ ਪੇ ਕਹਾਂ ਪੇ ਜਾਤੇ ਹੋ? ਇੱਕ ਉਹ ਸਿਮਲਾ ਪਾੜੇ ਜਾਤੇ ਹੈ। ਅੱਛਾ, ਇੱਕ ਉਧਰ ਜਾਤੇ ਹੈ ਉਹ ਜਿਮ, ਉਹ ਬੰਟੀ ਜਿਮ, ਉਹ ਗੋਲਡ ਜਿਮ ਚੋਪਰ ਜੋ ਹੈ। ਅੱਛਾ ਉਧਰ ਜਾਤੇ ਲੈ ਆ ਯਾਰ। ਰੱਖ ਸਪੂਨ ਦੇ ਦਿਓ 2-3। ਕੋਈ ਤਰ੍ਹਾਂ ਦੇ ਇੱਕੋ ਤਰ੍ਹਾਂ ਦੇ ਆ ਜੀ? ਇੱਕੋ ਤਰ੍ਹਾਂ ਦੇ ਆ? ਕਿਤਨੇ ਚਾਹੀਦੇ? ਨਹੀਂ ਇੱਕੋ ਤਰ੍ਹਾਂ ਦੇ ਬਣਾ, ਇਹ ਹਮ ਨਹੀਂ ਬਣਾਤੇ, ਕੰਪਨੀ ਵਾਲੇ ਬਣਾਤੇ। ਇੱਕੋ ਇੱਕ ਹੀ ਤਰ੍ਹਾਂ ਦਾ ਹੈ ਕਿ ਹੋਰ ਵੀ ਆਉਂਦੇ? ਬਸ ਇੱਕ ਹੀ ਤਰ੍ਹਾਂ ਦਾ। ਹਾਂਜੀ ਚਲੋ ਸਹੀ ਹੈ ਜੀ। ਸਪੂਨ ਦੇ ਦਿਓ ਜੀ 2-2। ਲਓ ਜੀ ਫਰੈਂਡ 2 ਹੋਰ ਦੇ ਦਿਓ। ਨਹੀਂ ਨਹੀਂ ਪਹਿਲਾਂ ਟਰਾਈ ਕਰਨ ਦੇ। ਕਾਰ ਟਰਾਈ ਕੀ ਟਿਆਰ ਗਏ ਕਿੱਦਾਂ, ਟਰਾਈ ਕਰ ਕਿੱਦਾਂ ਲੱਗਾ? ਠੀਕ ਆ, ਹੈਲਦੀ ਆ, ਓਕੇ ਆ, ਵੈਜੀਸ ਵੀ ਹੈਗੀਆਂ ਵਿੱਚ। ਇਹ ਆ ਕਿ ਉਹਨਾਂ ਲਈ ਜ਼ਿਆਦਾ ਬੈਸਟ ਆ ਜਿਮ ਵਗੈਰਾ ਵਾਲਿਆਂ ਨੂੰ। ਸਹੀ ਆ, ਕਿਉਂਕਿ ਇੰਸਟੈਂਟ ਹੈ ਇਹ ਵਾਲੀ ਚੀਜ਼, ਜਿਹੜਾ ਪਹਿਲੇ ਨਾ। ਲਓ ਜੀ ਸਪੂਨ ਦੇ ਹੋ ਗਿਆ, ਚਮਚਾ ਸਪੂਨ। ਲਓ ਜੀ ਫਰੈਂਡਸ ਤੁਸੀਂ ਆ ਕੇ ਖਾ ਸਕਦੇ ਆ ਜੀ, ਜਿਮ ਲਵਰ ਤੁਹਾਡੇ ਲਈ ਖੁੱਲ੍ਹ ਚੁੱਕਾ ਜੀ ਹੁਸ਼ਿਆਰਪੁਰ 'ਚ ਨਿਊ ਚੀਜ਼। ਦਿੱਲੀ ਰੋਡ 'ਤੇ ਪਹੁੰਚ ਚੁੱਕੇ ਹਾਂ ਜੀ, ਤੁਹਾਨੂੰ ਮੋਰਨਿੰਗ ਦਾ ਡੇ ਟੂਰ ਵੀ ਦਿਖਾਵਾਂਗੇ ਜੀ ਹੁਸ਼ਿਆਰਪੁਰ ਦਾ ਕਿਸ ਦਿਨ ਫਰੀ ਹੋ ਕੇ। ਅਤੇ ਅੱਜ ਤਾਂ ਚਲੋ ਵੀ ਆਪਣਾ ਰੱਖੜੀ ਕਰਕੇ ਫਰੀ ਸੀਗੇ ਅਤੇ ਅੱਜ ਤੁਹਾਨੂੰ ਦਿਖਾ ਦਈਏ ਕਿ ਮੰਗਾ ਨਾਈਟ ਟੂਰ। ਅੱਜ ਇੱਥੇ ਨਵਾਂ ਖੁੱਲ੍ਹਿਆ ਜੀ ਰਾਮਗੜੀ ਗੁਰਦੁਆਰਾ ਸਾਹਿਬ, ਵੀ ਬਾਹਰ ਪਹੁੰਚ ਚੁੱਕੇ ਹਾਂ ਆਪਾਂ। ਲਓ ਜੀ ਫਰੈਂਡਸ ਪੀਜ਼ਾ ਮੇਕਰ
ਖੋਲ ਚੁੱਕਾ ਜੀ ਹੁਸ਼ਿਆਰਪੁਰ ਚ ਕੱਲ ਹੀ ਓਪਨਿੰਗ ਹੋਈ ਇਹਨਾਂ ਦੀ ਕਿਆ ਬਾਤ ਹੈ ਗਿਆ ਸੀ ਵਧੀਆ ਨਹੀਂ ਭਾਜੀ ਹਲੇ ਟਰਾਈ ਕਰਨਾ ਆਪਾਂ ਜਸਟ ਬਾਹਰੋਂ ਹੀ ਦੇਖਿਆ ਸੀਗਾ ਡੀ ਜੇ ਵਗੈਰਾ ਲਾਇਆ ਹੋਇਆ ਸੀ ਹਲੇ ਇਹਨਾਂ ਨੇ ਅਤੇ ਵਧੀਆ ਸੀਗਾ ਸਰਤਾਜ ਬੇਕਰੀ ਦੇ ਬਾਹਰ ਪਹੁੰਚ ਚੁੱਕੇ ਹਾਂ ਆਪਾਂ ਉਹ ਕਿਆ ਬਾਤ ਹੈ ਯਾਰ ਡੈਕੋਰੇਸ਼ਨ ਬੜੀ ਘੈਂਟ ਕੀਤੀ ਹੋਈ ਇਹਨਾਂ ਨੇ ਤਾਂ ਹਰਜਿੰਦਰ ਭਾਜੀ ਹੋਣਾ ਨੇ ਖੋਲੀ ਹੋਈ ਹੈ ਨਾਲੇ ਭਾਜੀ ਨੂੰ ਕੰਗ੍ਰੈਚੁਲੇਸ਼ਨ ਲਓ ਜੀ ਫਰੈਂਡਸ ਤੈਰੀ ਰੋਡ ਤੇ ਆ ਗਏ ਆਪਾਂ ਫਗਵਾੜਾ ਚੌਂਕ ਨੂੰ ਜਾ ਰਹੇ ਹਾਂ ਜੀ ਪ੍ਰਤਾਪ ਪ੍ਰਵੀਨ ਸਟੋਰ ਦੇ ਬਾਹਰੋਂ ਹੋ ਕੇ ਯਾਰ ਜੂਸ ਵਾਲੇ ਦੇ ਬਹੁਤ ਰਸ਼ ਹੁੰਦਾ ਚਾਚਾ ਜੀ ਮੈਂ ਟਰਾਈ ਨਹੀਂ ਕੀਤਾ ਕਿੱਦਾਂ ਟਰਾਈ ਕੀਤਾ ਤੁਸੀਂ ਬਹੁਤ ਵਧੀਆ ਲਓ ਜੀ ਫਗਵਾੜਾ ਚੌਂਕ 'ਚ ਪਹੁੰਚ ਚੁੱਕੇ ਹਾਂ ਜੀ ਬੰਗਾਲੀ ਵਾਲਾ ਚੌਂਕ ਕਹਿ ਦਿੰਦੇ ਸਾਰੇ ਜਾਣੇ ਵੈਸੇ ਤਾਂ ਤੇ ਨਹੀਂ ਭਾਜੀ ਅਸੀਂ ਫਗਵਾੜਾ ਚੌਂਕ ਹੀ ਫਗਵਾੜਾ ਚੌਂਕ ਲਓ ਜੀ ਫਰੈਂਡਸ ਆਪਾਂ ਬੋਲਗਾ ਸਟੂਡੀਓ ਦੇ ਬਾਹਰ ਆ ਗਏ ਹਾਂ ਜੀ ਮਸ਼ਹੂਰ ਪੁਰਾਣੀ ਸਭ ਤੋਂ ਪੁਰਾਣੀ ਇਸ ਟਾਈਮ ਫੋਟੋਗ੍ਰਾਫੀ ਦੀ ਦੁਕਾਨ ਇਹੀ ਆ ਹੁਸ਼ਿਆਰਪੁਰ 'ਚ ਔਰ ਬਹੁਤ ਵਧੀਆ ਫੋਰਨ ਥੀਏਟਰ ਜੋ ਮਰਜ਼ੀ ਆ ਯਾਰ ਕਿਸੇ ਟਾਈਮ 'ਤੇ ਇੰਨਾ ਕੁ ਚੱਲਦਾ ਸੀਗਾ ਨਾ ਠੀਕ ਆ ਤੁਹਾਡੇ ਕੋਈ ਸੀ ਉਦੋਂ ਠੀਕ ਹੈ ਜੀ ਮਸ਼ਹੂਰ ਦੁਕਾਨਾਂ ਜੀ ਲੈਮਨ ਸੋਡੇ ਦੀਆਂ ਠੀਕ ਆ ਭਾਜੀ ਠੀਕ ਆ ਸਾਡੇ ਕੋਈ ਸੀਗਾ ਤੁਸੀਂ ਤਾਂ ਦਵਾਇਆ ਸੀ ਉਹੀ ਤਾਂ ਗੱਲ ਆ ਵਧੀਆ ਬੰਦੇ ਨੂੰ ਨਾ ਪੁਰਾਣੀਆਂ ਆਪਣੀਆਂ ਚੀਜ਼ਾਂ ਨਹੀਂ ਭੁੱਲਣੀਆਂ ਚਾਹੀਦੀਆਂ ਯਾਰ ਇੱਥੇ ਪਾਨ ਵਾਲਾ ਬੜਾ ਮਸ਼ਹੂਰ ਆ ਇਹ ਗੁਲਸ਼ਨ ਪਾਨ ਕਿਹੜਾ ਆ ਭਾਜੀ ਤੁਸੀਂ ਇੱਥੇ ਹੀ ਤਾਂ ਰਹੇ ਆ ਤੁਹਾਨੂੰ ਨਹੀਂ ਪਤਾ ਉਹੀ ਤਾਂ ਗੱਲ ਆ ਮੇਰੇ ਬੱਸ ਸਟੈਂਡ ਹੁਸ਼ਿਆਰਪੁਰ ਦਾ ਦੇਖੇ ਸਿਟੀ ਸੈਂਟਰ ਦੇ ਅੰਦਰ ਪਾਓ ਜੀ ਅੱਛਾ ਅੰਦਰ ਪਾਈਏ ਹਾਂਜੀ ਸ਼ਾਰ ਮੈਗਾ ਮਾਰਟ ਤੁਹਾਨੂੰ ਯਾਰ ਇੱਥੇ ਹਰ ਇੱਕ ਬ੍ਰਾਂਡ ਮਿਲ ਜੂਗਾ ਇਹ ਡੋਮੀਨੋਜ਼ ਵੀ ਇੱਥੇ ਆ ਅੱਛਾ ਤੇ ਆਲਮੋਸਟ ਸਾਰੇ ਬ੍ਰਾਂਡਸ ਇੱਥੇ ਮਿਲ ਜੂਗੇ ਤੁਹਾਨੂੰ ਲਓ ਜੀ ਹੰਗਰੀ ਹਾਲਟ ਹੰਗਰੀ ਬਾਟ ਜੀ ਹੈਪੀ ਕਿਓਰ ਭਾਈ ਚਲੋ ਸਾਨੂੰ ਕਰ ਲਓ ਪਿੱਛੇ ਪ੍ਰਣਵ ਜੀ ਤੁਸੀਂ ਦੇਖ ਕੇ ਦੇਖੋ ਜੇ ਤੁਹਾਡਾ ਕੁਝ ਮਨ ਕਰੇ ਜਾਣ ਨੂੰ ਅੰਦਰ ਲਓ ਜੀ 610 ਬਰਗਰ ਬਰਗਰ ਚਾਚੂ ਤੁਸੀਂ ਦੇਖ ਸਕਦੇ ਜੀ 610 ਬਰਗਰ ਇਹ ਵੀ ਨਵੀਂ ਖੁੱਲ ਗਈ ਜੀ ਗਿਆਨੀ ਆਈਸਕ੍ਰੀਮ ਇਹਨਾਂ ਦੇ ਸ਼ੇਕ ਬਹੁਤ ਵਧੀਆ ਹੁੰਦੇ ਨੇ ਗਿਆਨੀ ਆਈਸਕ੍ਰੀਮ ਬਹੁਤ ਵਧੀਆ ਹੰਗਰੀ ਪੁਆਇੰਟ ਯਾਰ ਆਲਮੋਸਟ ਫੂਡ ਵਾਲੇ ਤੁਹਾਨੂੰ ਸਾਰੇ ਇੱਥੇ ਮਿਲ ਜੂਗੇ ਜੀ ਅੱਛਾ ਚਾਂਪ ਵਾਲੇ ਨਹੀਂ ਇੱਥੇ ਚਾਂਪ ਨਹੀਂ ਹੈਗੇ ਇੱਥੇ ਬ੍ਰਾਂਡ ਹੀ ਆ ਸਾਰੇ ਲੈਕਮੇ ਸਲੂਨ ਭਾਈ ਸਵੇਰੇ ਯਾਰ ਆ ਜਾਈਏ ਇੱਥੇ ਲੈਕਮੇ ਸਲੂਨ ਤੇ ਆਪਣੇ ਤੁਸੀਂ ਮੇਕਅਪ ਨਹੀਂ ਕਰਾਉਣਾ ਲਓ ਜੀ ਫਰੈਂਡਸ ਅੰਬਰ ਹੋਟਲ ਦੇ ਬਾਹਰੋਂ ਜਾ ਰਹੇ ਹਾਂ ਜੀ ਬੱਸ ਸਟੈਂਡ ਦੇ ਵਿੱਚ ਅੰਬਰ ਦਾ ਯਾਰ ਫੂਡ ਬਹੁਤ ਵਧੀਆ ਬੰਗਾਲੀ ਸਵੀਟਸ ਦੇ ਰਸ਼ ਚੈੱਕ ਕਰੋ ਲਓ ਜੀ ਫਰੈਂਡਸ ਫਗਵਾੜਾ ਚੌਂਕ ਤੋਂ ਆਪਾਂ ਚੱਲੇ ਹੁਣ ਘੰਟਾ ਘਰ ਨੂੰ ਅਤੇ ਗੋਲਡਨ ਬ੍ਰੇਕਰਸ ਇਹਨਾਂ ਦੀਆਂ ਪੂਰੀ ਰੌਣਕਾਂ ਲਾਈਆਂ ਪਈਆਂ ਬਾਜ਼ਾਰ 'ਚ ਪੂਰੀ ਯਾਰ ਰੌਣਕ ਲੱਗੀ ਪਈ ਆ ਇਸ ਟਾਈਮ ਤੱਕ ਤਾਂ ਨਾ ਮਾਰਕੀਟ ਬਿਲਕੁਲ ਠੰਡੀ ਹੋ ਜਾਂਦੀ ਮਤਲਬ ਕਿ ਟ੍ਰੈਫਿਕ ਘੱਟ ਜਾਂਦਾ ਆ ਅਤੇ ਰੱਖੜੀ ਕਰਕੇ ਪੂਰੀ ਰੌਣਕ ਆ ਲੈਜੈਂਡ ਦਾ ਪੂਰਾ ਬੋਰਡ ਲੱਗਾ ਹੋਇਆ ਵਧੀਆ ਵਾਲਾ ਵੱਡਾ ਸਾਰਾ ਸਿੱਧੂ ਮੂਸੇ ਵਾਲੇ ਹੋਰ ਫਿਰ ਭਾਜੀ ਬਹੁਤ ਵਧੀਆ ਭਾਜੀ ਪ੍ਰਣਵ ਜੀ ਵਧੀਆ ਜੀ ਵਧੀਆ ਬ੍ਰੋ ਕੱਲ੍ਹ ਤੁਹਾਨੂੰ ਫਿਰ ਛੱਡਣ ਚੱਲੀਏ ਹਾਂ ਕਿੰਨੇ ਵਜੇ ਦਾ ਰੱਖਣਾ ਪਲਾਨ ਆਪਾਂ ਤੜਕੇ 4 ਵਜੇ ਰੱਖ ਲਓ 11:15 ਚਲੋ ਦੱਸ ਦੇ ਫਰੈਂਡਸ ਉੱਥੇ ਵੀ ਤੁਹਾਨੂੰ ਦਿਖਾਵਾਂਗੇ ਪਹੁੰਚ ਕੇ ਟ੍ਰੇਨ ਕਿੱਦਾਂ ਲਓ ਜੀ ਫਰੈਂਡਸ ਜਨਤਾ ਬੂਟ ਹਾਊਸ ਜਲਦੀ ਆਪਾਂ ਜਾ ਰਹੇ ਹਾਂ ਘੰਟਾ ਘਰ ਨੂੰ ਇਹ ਰੋਡ ਕੀ ਕਹਿੰਦੇ ਆ ਜਲੰਧਰ ਰੋਡ ਹੀ ਕਹਿੰਦੇ ਜਲੰਧਰ ਰੋਡ ਹੀ ਕਹਿੰਦੇ ਨੇ ਇਹਨੂੰ ਫੈਸ਼ਨ ਪੁਆਇੰਟ ਯਾ ਸਟੋਰ ਬੜਾ ਵਧੀਆ ਬੱਬੂ ਫੇਮਸ ਬੱਬੂ ਮੀਟ ਵਾਲਾ ਯੈਸ ਯਾਰ ਇੱਥੇ ਅੱਗੇ ਚਾਈਨਾ ਮਾਰਕੀਟ ਨਹੀਂ ਲਿਖਿਆ ਹੁੰਦਾ ਮੰਨਤ ਸੇਲ ਪੁਆਇੰਟ ਹੀ ਸੀਗਾ ਇੱਥੇ ਕੁਛ ਹੋਰ ਲਿਖਿਆ ਹੁੰਦਾ ਸੀ ਚੇਂਜ ਕਰ ਲਿਆ ਨਾ ਕਲੀਅਰ ਨਹੀਂ ਹੋ ਰਿਹਾ ਫਰੈਂਡ ਵੀਡੀਓ 'ਚ ਕਿੱਦਾਂ ਦਿਖਾ ਦਿੰਦੇ ਕੰਦੀ ਭਲਵਾਨ ਦੀ ਹੱਟੀ ਯਾਰ ਇਹਨਾਂ ਨੇ ਵੀ ਰੈਨੋਵੇਟ ਕਰ ਲਿਆ ਬੜਾ ਵਧੀਆ ਡਿਜ਼ਾਈਨ ਕੀਤਾ ਆ ਸਟੂਡੀਓ ਬਣਾਤਾ ਬਰੋ ਹਾਂ ਪ੍ਰੋਪਰ ਸਟੂਡੀਓ ਬਣਾ ਲਿਆ ਸਵੀਟ ਸਟੂਡੀਓ ਯੈਸ ਤੋਂ ਤੇ ਨਹੀਂ ਵੇ
ਮੋਰ ਆਸ਼ਾ ਯਾਰ ਰਖੜੀ ਕਰਕੇ ਸਵੇਰ ਦੇ ਤੜਕੇ ਉਹ ਟਾਈਮ ਹੋਣ ਕਰਕੇ ਨਾ ਹਾਂਜੀ ਤਾਂ ਕਰਕੇ ਰਸ਼ ਆ ਫਿਰ ਅਰਕ ਦਾ ਫਰੈਸ਼ ਸਵੀਟਸ ਨਾ ਸ਼ਾਮ ਨੂੰ ਲੈ ਬਿਲਕੁਲ ਬਿਲਕੁਲ ਯਾਰ ਰਸਤਾ ਜਿਹੜਾ ਹੈਗਾ ਆ ਪਰ ਰੋਂਗ ਸਾਈਡ ਗੱਡੀ ਲਾ ਜਾਂਦੇ ਆ ਨਹੀਂ ਉਹ ਸੈਂਟਰ 'ਚ ਹੀ ਲਗਾ ਕੇ ਚਲੇ ਗਏ ਸੈਂਟਰ 'ਚ ਹੀ ਲਾ ਦਿੰਦੇ ਆ ਹੋਰ ਆਸ਼ਾ ਉਹ ਲੋ ਉਹਨਾਂ ਨੇ ਵੀ ਉੱਧਰ ਮੋੜਨੀ ਲੋ ਹੁਣ ਵਿੱਚੋਂ ਫਸ ਗਏ ਆ ਅਸੀਂ ਨਿਕਲੇ ਯਾਰ ਟ੍ਰੈਫਿਕ ਚੋਂ ਪੰਜਾਬ ਊਟ ਹਾਊਸ ਤੋਂ ਬਾਹਰ ਪਹੁੰਚ ਚੁੱਕੇ ਹਾਂ ਬਹੁਤ ਟ੍ਰੈਫਿਕ ਸੀਗਾ ਯਾਰ ਨਰੂਲਾਸ ਦਾ ਵੈਡਿੰਗ ਸਟੋਰ ਕਿਆ ਬਾਤ ਘੰਟਾ ਘਰ ਆ ਚੁੱਕਾ ਜੀ ਲੇਬਰ ਸ਼ੈਡ ਪਹੁੰਚ ਚੁੱਕੇ ਆਪਾਂ ਫੂਡ ਸੀਟ ਪੂਰੀ ਹੋ ਗਈ ਲਓ ਜੀ ਸਵਰਨ ਮੈਡੀਕਲ ਮਿਲੇਗੀ ਪ੍ਰਾਈਸ ਵੀ ਤੁਹਾਨੂੰ ਅੱਛੀ ਮਿਲੇਗੀ ਤੁਹਾਡੇ ਹਿਸਾਬ ਨਾਲ ਡਿਸਕਾਊਂਟਸ ਵੀ ਮਿਲ ਸਕਦੇ ਆ ਡਿਪੈਂਡ ਕਰਦਾ ਹਰ ਇੱਕ ਤਰ੍ਹਾਂ ਦਾ ਬ੍ਰਾਂਡ ਦੀ ਅਵੇਲੇਬਲ ਆ ਲਓ ਜੀ ਫਰੈਂਡਸ ਕੁੰਨੂ ਚੱਕੀ ਪਹੁੰਚ ਚੁੱਕੇ ਹਾਂ ਆਪਾਂ ਯਾਰ ਇਕਲੌਤੀ ਹੈ ਨਾ ਇਹ ਜਿਹੜੀ ਜੇ ਮੇਨ ਚੱਕੀ ਆਪਣੇ ਹੁਸ਼ਿਆਰਪੁਰ ਜਾਂਦੀ ਆ ਸਭ ਤੋਂ ਪੁਰਾਣੀ ਔਰ ਪਹਿਲੀ ਜਿਹਨੂੰ ਕਹਿ ਸਕਦੇ ਹਾਂ ਦੂਆ ਮੋਬਾਈਲ ਦੇ ਬਾਹਰ ਪਹੁੰਚ ਚੁੱਕੇ ਹਾਂ ਇਹਦਾ ਆਪਾਂ ਵਲੌਗ ਵੀ ਪਾਇਆ ਹੋਇਆ ਸਪੈਸ਼ਲ ਅਤੇ ਤੁਸੀਂ ਜਾ ਕੇ ਦੇਖ ਸਕਦੇ ਹਾਂ ਲਓ ਜੀ ਫਿਸ਼ ਪੁਆਇੰਟ ਆ ਚੁੱਕਾ ਜੀ ਇੱਥੇ ਖਾਣ ਵਾਲੀਆਂ ਫਿਸ਼ਿਜ਼ ਨਹੀਂ ਮਿਲਦੀਆਂ ਜੀ ਘਰ 'ਚ ਰੱਖਣ ਵਾਲੀ ਐਕੁਏਰੀਅਮ ਵਾਲੀਆਂ ਫਿਸ਼ਿਜ਼ ਮਿਲਦੀਆਂ ਕਿ ਜਿਹਨਾਂ ਨੇ ਜਿੱਦਾਂ ਡੈਕੋਰੇਸ਼ਨ ਦੀ ਕਹਿ ਸਕਦੇ ਹਾਂ ਐਕੁਏਰੀਅਮ ਰੱਖਿਆ ਹੁੰਦਾ ਵਿੱਚ ਫਿਸ਼ਿਜ਼ ਰੱਖੀਆਂ ਹੁੰਦੀਆਂ ਡਰਾਇੰਗ ਰੂਮ 'ਚ ਉਹ ਤੁਹਾਨੂੰ ਹਰ ਇੱਕ ਚੀਜ਼ ਮਿਲ ਜੂਗੀ ਜੀ ਇੱਥੇ ਅਨਮੋਲ ਭਾਅ ਜੀ ਹੁੰਦੇ ਤੁਸੀਂ ਜਾ ਕੇ ਦੇਖ ਮਿਲ ਸਕਦੇ ਹੋ ਇਹਨਾਂ ਨੂੰ ਰੈੱਡ ਰੋਡ ਇਹ ਜੀ ਹੁਸ਼ਿਆਰਪੁਰ ਦੀ ਰੈੱਡ ਰੋਡ ਘੁੰਮ ਕੇ ਆਪਾਂ ਫਿਰ ਮੇਨ ਪੁਆਇੰਟ ਤੇ ਆ ਚੁੱਕੇ ਹਾਂ ਜੀ ਸ਼ਿਮਲਾ ਪਹਾੜੀ ਚੌਂਕ ਤੁਹਾਨੂੰ ਦੱਸਿਆ ਸੀਗਾ ਜੀ ਡੀਲੈਕਸ ਬੇਕਰੀ ਨਿਊ ਡੀਲੈਕਸ ਬੇਕਰੀ ਜਿਹੜੀ ਤੇ ਰਸ਼ ਤੁਸੀਂ ਚੈੱਕ ਕਰ ਸਕਦੇ ਆ ਰੱਖੜੀ ਕਰਕੇ ਕਿਆ ਬਾਤ ਹੈ ਬੰਦਾ ਜਿੱਦਾਂ ਮਰਜ਼ੀ ਆ ਹੁਸ਼ਿਆਰਪੁਰ ਸਾਰਾ ਘੁੰਮ ਲਏ ਘੁੰਮ ਘੁੰਮਾ ਕੇ ਫਿਰ ਸ਼ਿਮਲਾ ਪਹਾੜੀ ਚੌਂਕ 'ਚ ਆਉਣਾ ਹੁੰਦਾ ਮੇਨ ਪੁਆਇੰਟ ਹੀ ਇਹ ਹੈ ਜੀ ਬਿਲਕੁਲ ਮਾਲ ਰੋਡ ਫਰੈਂਚ ਵੇਕਰ ਚੈੱਕ ਕਰੋ ਜੀ ਰੌਣਕਾਂ ਪੂਰੀਆਂ ਲੱਗੀਆਂ ਹੋਈਆਂ ਹੁਣ ਆਪਾਂ ਉਨਾ ਰੋਡ ਨੂੰ ਆ ਚੁੱਕੇ ਹਾਂ ਜੀ ਫਰੈਂਡਸ ਇੱਥੇ ਨਵਾਂ ਜਿੰਮ ਖੋਲਿਆ ਅਤੇ ਲਓ ਜੀ ਮਸਲ ਮੈਨ ਕਿੱਦਾਂ ਨੀਤੀ ਦੇਖਿਆ ਸੀਗਾ ਜਾ ਕੇ ਅੱਛਾ ਯਾਰ ਸਾਰੀ ਮਸ਼ੀਨਰੀ ਅਵੇਲੇਬਲ ਆ ਓਕੇ ਤੇ ਵਧੀਆ ਬਣਿਆ ਸਪੇਸ਼ੀਅਸ ਆ ਅੱਛੀ ਵੈਂਟੀਲੇਸ਼ਨ ਆ ਸਾਰਾ ਕੁਝ ਬੈਸਟ ਆ ਮਤਲਬ ਵਧੀਆ ਆ ਨਿਊ ਮਸ਼ੀਨਸ ਆ ਇੱਕ ਤਰ੍ਹਾਂ ਆ ਇਹ ਤਾਂ ਜਿੰਮ ਵੀ ਚਲੋ ਨਿਊ ਹੀ ਆ ਮਸ਼ੀਨ ਨਿਊ ਹੀ ਹੋਣੀ ਆ ਪਰ ਮੇਨ ਲਈ ਹੈ ਕਿ ਅਪਗ੍ਰੇਡ ਮਸ਼ੀਨ ਅਪਗ੍ਰੇਡਡ ਹੋ ਗਈਆਂ ਮਸ਼ੀਨਸ ਬਿਲਕੁਲ ਵੀਰ ਨੂੰ ਕਰਤਾ ਹੈ ਡਰੌਪ ਤੇ ਆਪਾਂ ਪਹੁੰਚ ਚੁੱਕੇ ਹਾਂ ਜੀ ਸਰਵਿਸ ਕਲੱਬ ਦੇ ਬਾਹਰ ਇੱਧਰ ਪੁਲਿਸ ਲਾਈਨ ਆ ਜੀ ਅਤੇ ਸਰਵਿਸ ਕਲੱਬ ਦੇ ਬਾਹਰ ਪਹੁੰਚ ਚੁੱਕੇ ਹਾਂ ਜੀ ਸਵਿਮਿੰਗ ਪੂਲ ਐਂਡ ਜਿੰਮ ਵੀ ਇੱਥੇ ਹੈਗਾ ਅਤੇ ਆਈ ਲਵ ਹੁਸ਼ਿਆਰਪੁਰ ਕਿਆ ਬਾਤ ਹੈ
ਦੇਖ ਸਕਦੇ ਹੋ ਸਰਵਿਸ ਕਲੱਬ ਇੱਧਰ BSF ਆਰਮੀ ਵਾਲਿਆਂ ਦੀ ਕੰਟੀਨ ਜੀ ਅਤੇ ਆ ਗਿਆ ਜੀ ਸਿਟੀ ਸੈਂਟਰ ਇਹ ਦੂਜਾ ਸਿਟੀ ਸੈਂਟਰ ਆ ਜੀ ਇੱਥੇ ਹਾਲ ਬਣਿਆ ਹੋਇਆ ਅਤੇ ਤੁਸੀਂ ਬੁੱਕ ਕਰ ਸਕਦੇ ਆ ਕੇ ਕੋਈ ਵੀ ਫੰਕਸ਼ਨਸ ਵਗੈਰਾ ਕਰਨੇ ਹੋਣ ਜਾਂ ਕੋਈ ਪਾਰਟੀਜ਼ ਕਰਨੀਆਂ ਹੋਣ ਲਈ ਤਾਂ ਬਹੁਤ ਰੀਜ਼ਨੇਬਲ ਰੇਟ 'ਤੇ ਬੁੱਕ ਹੋ ਜਾਂਦਾ ਜੀ ਇਹ ਸਾਡਾ ਪੋਸਟ ਆਫਿਸ ਹੁਸ਼ਿਆਰਪੁਰ ਦਾ ਪੋਰਸ਼ ਰੀਅਲ ਉੱਧਰ ਹੀ ਆਪਾਂ ਜਾ ਰਹੇ ਹਾਂ ਅਤੇ ਇੱਕ ਚੀਜ਼ ਵਿੱਚ ਰਹਿ ਗਈ ਆਪਾਂ ਤੁਹਾਨੂੰ ਦਿਖਾ ਦਈਏ ਜੀ ਇਹ ਸਾਰੇ ਆਫਿਸਰ ਲਾਈਨ ਦੇ ਆ ਏਰੀਆ ਆ ਆਫਿਸਰ ਏਰੀਆ ਦਾ ਕਿਉਂਕਿ ਪੁਲਿਸ ਲਾਈਨ ਨਾਲ ਆ ਅਤੇ ਪੋਰਸ਼ ਏਰੀਆ ਵੀ ਬਿਲਕੁਲ ਨਾਲ ਪੈਂਦਾ ਅਤੇ ਸਦਰ ਥਾਣਾ ਚੌਂਕ 'ਚ ਆਪਾਂ ਪਹੁੰਚ ਚੁੱਕੇ ਹਾਂ ਜੀ ਇੱਧਰ ਆ ਗਏ ਸਦਰ ਥਾਣਾ ਜਿਹੜਾ ਟਰੈਕਟਰ ਉਹਨਾਂ ਨੇ ਚੱਕਿਆ ਸੀਗਾ ਇੱਥੇ ਲੈ ਕੇ ਗਏ ਜੀ ਸਦਰ ਥਾਣੇ ਕੈਪਸਨਸ ਅਤੇ ਭਗਤ ਸਿੰਘ ਚੌਂਕ 'ਚ ਆਪਾਂ ਆ ਗਏ ਜੀ ਇਹ ਜੀ ਸਾਡਾ ਪੋਰਸ਼ ਏਰੀਆ ਹੁਸ਼ਿਆਰਪੁਰ ਦਾ ਪੋਰਸ਼ ਏਰੀਆ ਜਿਹੜਾ ਕਹਿੰਦੇ ਜੀ ਡੀਸੀ ਰੋਡ ਗੁਰਦੁਆਰਾ ਸਾਹਿਬ ਜੀ ਡੀਸੀ ਰੋਡ ਦਾ ਸਾਰੇ ਤੁਹਾਨੂੰ ਆਫਿਸਰ ਲਾਈਨ ਦੇ ਪੀਪਲ ਅਤੇ ਵੱਡੇ ਵੱਡੇ ਬਿਜ਼ਨਸਮੈਨ ਦੇ ਘਰ ਵੀ ਮਿਲੂਗੇ ਸਾਰਿਆਂ ਦੇ ਜੀ ਅਤੇ ਸਾਰੇ ਜਾਣੇ ਮਤਲਬ ਕਿ ਵਧੀਆ ਬੈਕਗਰਾਊਂਡ ਦਾ ਜੀ ਸਾਰਿਆਂ ਦੇ ਅਤੇ ਆਹ DC ਰੈਜੀਡੈਂਸ ਇੱਥੋਂ ਸਟਾਰਟ ਹੋ ਜਾਂਦਾ ਜੀ ਫਤਿਹਗੜ੍ਹ ਚੁੰਗੀਆਂ ਨੂੰ ਜਾਂਦੇ ਹੋਏ ਜੀ ਸੋਨਾਲੀਕਾ ਟਰੈਕਟਰ ਉਹਨਾਂ ਦਾ ਘਰ ਆ ਗਿਆ ਜੀ ਹਾਊਸ ਸੋਨਾਲੀਕਾ ਹਾਊਸ ਲਓ ਜੀ ਫਰੈਂਡ ਸ਼ਾਨੀ ਪੰਜਾਬ ਦੇ ਬਾਹਰ ਸ਼ੈਸ਼ਨ ਚੌਂਕ ਵੈਜੀਟੇਬਲ ਮਾਰਕੀਟ ਆ ਗਈ ਹੈ ਜੀ ਤੁਹਾਨੂੰ ਇੱਥੇ ਹਰ ਇੱਕ ਤਰ੍ਹਾਂ ਦਾ ਫਰੂਟ ਵੈਜੀਟੇਬਲਸ ਹਰ ਇੱਕ ਤਰ੍ਹਾਂ ਦਾ ਇੰਪੋਰਟੈਂਟ ਤੱਕ ਮਿਲ ਜੂਗਾ ਜੀ ਇਸ ਰੋਡ 'ਤੇ ਇੱਧਰ ਜੀ ਇੱਧਰ ਸਾਰਾ ਰੱਖੜੀ ਵਾਲੀ ਮਾਰਕੀਟ ਆਈ ਜਾਂਦੀ ਜੀ ਇੱਧਰ ਆਪਾਂ ਬਾਲਕ੍ਰਿਸ਼ਨ ਰੋਡ ਵੱਲ ਨੂੰ ਮੁੜ ਚੁੱਕੇ ਹਾਂ ਜੀ ਇਹ ਬਾਲਕ੍ਰਿਸ਼ਨ ਰੋਡ ਆ ਗਈ ਡਾਕਟਰ ਬਾਲਕ੍ਰਿਸ਼ਨ ਰੋਡ ਕਹਿ ਦਿੰਦੇ ਜੀ ਇਹਨਾਂ ਨੂੰ ਸਰ ਲਓ ਜੀ ਡਾਕਟਰ ਬਾਲਕ੍ਰਿਸ਼ਨ ਹੋਸਪਿਟਲ ਆ ਗਿਆ ਜੀ ਉਹਨਾਂ ਦਾ ਇੱਧਰ ਰੈਜੀਡੈਂਸ ਘੁੰਮ ਘੁੰਮਾ ਕੇ ਆਪਾਂ ਫਿਰ ਜੀ ਮਾਲ ਰੋਡ 'ਤੇ ਗਿੜੀ ਰੂਟ 'ਤੇ ਪਹੁੰਚ ਜਾਣਾ ਜੀ